ਸਵਰਗਵਾਸੀ ਸਰਦਾਰ ਸਰਦਾਰਾ ਸਿੰਘ ਕੰਗ ਦੀ ਯਾਦ ਵਿੱਚ ਸਮੂਹ ਕੰਗ ਪਰਿਵਾਰ ਅਤੇ ਸਮੂਹ ਮਹਿਰਾਜ ਵਾਲਾ ਨਿਵਾਸੀਆਂ ਦੇ ਸਹਿਯੋਗ ਨਾਲ ਸਵਰਗਵਾਸੀ ਸਰਦਾਰ ਮੋਹਨ ਸਿੰਘ ਕੰਗ ਕਾਲਾ ਪਹਿਲਵਾਨ ਨੂੰ ਸਮਰਪਿਤ ਨੌਵਾਂ ਸਾਲਾਨਾ ਛਿੰਝ ਮੇਲਾ ਮਿਤੀ 9 ਫਰਵਰੀ 2020 ਐਤਵਾਰ ਨੂੰ ਪਿੰਡ ਮਹਿਰਾਜ ਵਾਲਾ ਵਿਖੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸਰਦਾਰ ਹਰਦੇਵ ਸਿੰਘ ਲਾਡੀ ਸ਼ੇਰਵਾਲੀ MLA ਸ਼ਾਹਕੋਟ, ਪਦਮ ਸ਼੍ਰੀ ਸੰਤ ਬਲਵੀਰ ਸਿੰਘ ਜੀ ਸੀਚੇਵਾਲ, ਬ੍ਰਹਮਲੀਨ ਸੰਤ ਬਾਬਾ ਬਲਵੀਰ ਨਾਥ ਜੀ ਨਾਹਲ ਵਾਲੇ, ਬਾਬਾ ਬਲਵੰਤ ਨਾਥ ਜੀ ਨਾਹਲ ਵਾਲੇ ਪਹੁੰਚ ਰਹੇ ਨੇ। ਸੱਦੇ ਹੋਏ 20 ਅਖਾੜਿਆਂ ਦੇ ਨਾਮੀ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੋਣਗੀਆਂ। ਪਟਕੇ ਦੀ ਕੁਸ਼ਤੀ ਨਾਮੀ ਪਹਿਲਵਾਨਾਂ ਦੀ ਹੋਵੇਗੀ ਅਤੇ ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਵਿਸ਼ੇਸ਼ ਹਦਾਇਤ ਦਿੱਤੀ ਗਈ ਹੈ ਕਿ ਸਿਰਫ ਸੱਦੇ ਹੋਏ ਪਹਿਲਵਾਨਾਂ ਦੀਆਂ ਹੀ ਕੁਸ਼ਤੀਆਂ ਕਰਵਾਈਆਂ ਜਾਣਗੀਆਂ ਅਤੇ ਇਸ ਮੇਲੇ ਨੂੰ ਆਵਾਜ਼ੀ ਕੰਮ TV 'ਤੇ ਲਾਈਵ ਦਿਖਾਇਆ ਜਾਵੇਗਾ।